ਅੰਮ੍ਰਿਤ ਬਾਣੀ ਹਰ ਹਰ ਸੁਣ ਸੁਣ ਹੋਵੇ ਪਰਮ ਗਤ ਮੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁਝੀ ਤਲ ਹੋਏ ਮਨੂਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਜਲਨ ਬੁਝੇ ਸੀਤਲ ਹੋਏ ਮਨੂਆ ਸਤਿਗੁਰ ਕਾ ਦਰਸਨ ਪਾਏ ਜੀਓ ਸਤਿਗੁਰ ਕਾ ਦਰਸ਼ਨ ਪਾਏ ਜੀਓ ਅੰਮ੍ਰਿਤ ਬਾਣੀ ਹਰ ਆਪਾਂ ਅੰਤਰੇ ਦੇਖਦੇ ਹਾਂ ਜਦੋਂ ਸ਼ਬਦ ਨੂੰ ਬਾਅਦ ਵਿੱਚ ਗਾਉਣਾ ਹੈ ਤਾਂ ਲੈ ਥੋੜ੍ਹੀ ਜਿਹੀ ਵਧਾ ਕੇ ਗਾਉਣੀ ਹੈ। ਕੈਰਵਾ ਤਾਲ ਦੇ ਵਿੱਚ ਰੀਤ ਹੈ, ਦੂਸਰੇ ਕਾਲ ਤੋਂ ਆਪਾਂ ਕਰ ਰਹੇ ਹਾਂ। ਜਦੋਂ ਠੇਕਾ ਵੱਜੇਗਾ ਕੈਰਵੇ ਦਾ ਤਾਂ ਪਹਿਲਾਂ ਉਹ ਧਾ ਤਿੱਟ ਤਿੱਟ ਤਾ ਤਿੱਟ ਦਿਨ ਦਿਨ ਇਹ ਵਾਲੀ ਲੈ ਵਿੱਚ ਵੱਜੇਗਾ। ਸੁਖ ਪਿਆ ਦੁੱਖ ਦੂਰ ਪਰਾਨਾ ਸੰਤ ਰਸਨ ਹਰ ਨਾਮ ਵਖਾਨਾ ਜਲ ਥਲ ਨੀਰ ਪਰੇ ਸਰ ਸੁਪਰ ਬਿਰਥਾ ਕੋ ਜਲ ਥਲ ਨੀਰ ਪਰ ਸਾਰ ਸੁਪਰ ਬਿਰਥਾ ਕੋਏ ਨਾ ਜਾਏ ਜੀਓ ਬਿਰਥਾ ਕੋਏ ਨਾ ਜਾਏ ਜੀਓ ਅੰਮ੍ਰਿਤ ਬਾਣੀ ਹਰ ਹਰ ਤੇਰੀ।
ਆਇਆ ਤਾਰੀ ਤੇਨ ਸਿਰਜਨ ਹਾਰੇ ਜੀ ਜੰਤ ਸਗਲੇ ਪ੍ਰਤਪਾਰੇ ਦਇਆ ਤਾਰੀ ਤੇਨ ਸਿਰਜਨ ਕਿਰਪਾਲ ਦਇਆਲਾ ਸਗਲੇ ਤ੍ਰਿਪਤ ਅਗਾਏ ਜੀ ਮੇਹਰਵਾਨ ਕਿਰਪਾਲ ਦਇਆਲਾ ਸਗਲੇ ਤ੍ਰਿਪਤ ਫਿਰ ਪੂਰੀ ਸਥਾਈ ਗਾਉਣੀ ਹੈ। ਹੁਣ ਆਪਾਂ ਲਾਸਟ ਵਾਲਾ ਅੰਤਰਾ ਦੇਖਦੇ ਹਾਂ। ਵਣ ਤ੍ਰੇਣ ਤ੍ਰਿਪਾਵਣ ਕੀਤੋ ਨਹਰੇ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਸਤਿਗੁਰ ਕਾ ਦਰਸ਼ਨ ਪਾਏ ਜੀਓ ਅੰਮ੍ਰਿਤ ਬਾਣੀ ਹਰ ਪਰਮ ਗਤ ਮੇਰੀ।
ਦੂਸਰੇ ਕਾਲੇ ਤੋਂ ਆਪਾਂ ਇਹ ਸ਼ਬਦ ਦੀ ਰੀਤ ਦੇਖਾਂਗੇ। ਭਗਤ ਕਬੀਰ ਜੀ ਦਾ ਸਲੋਕ ਹੈ, ਕਰਵਾ ਤਾਲ ਦੇ ਵਿੱਚ ਹੈ, ਧਾਗੇ ਨਾਤੀ ਨਾਕੇ ਦਿਨਾ, ਇਹ ਬੜਾ ਕਰਵੇ ਤਾਲ ਦਾ ਠੇਕਾ ਵੱਜੇਗਾ। ਕਬੀਰ ਹਰ ਕਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ, ਕਬੀਰ ਹਰ ਕਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ, ਸੋ ਸੁਖੀਆ ਸੰਸਾਰ, ਸੋ ਸੁਖੀਆ ਸੰਸਾਰ। ਸਕਦੇ ਹਾਂ ਥੋੜਾ ਹੋਰ ਆਸਾਨ ਜੇ ਕਰਨਾ ਹੈ। ਸੋ ਸੁਖੀਆ ਸੰਸਾਰ, ਸੋ ਸੁਖੀਆ ਸੰਸਾਰ, ਸੋ ਸੁਖੀਆ ਸੰਸਾਰ, ਸੋ ਸੁਖੀਆ ਸੰਸਾਰ, ਹਰ ਕਾ ਸਿਮਰਨ ਜੋ ਕਰੇ ਸੋ ਸੁਖੀਆ ਕਬੀਰ।
ਕੈਰਵਾ ਤਾਲ ਦੇ ਵਿੱਚ ਇਹ ਰੀਤ ਹੈ। ਧਾਗੇ ਨਾਤੀ ਨਾਕੇ ਦਿਨਾ ਇਹ ਵਾਲਾ ਕੈਰਵੇ ਤਾਲ ਦਾ ਠੇਕਾ ਵੱਜੇਗਾ।